ਅਸਲਾਮੁਅਲੈਕੁਮ ਕੀ ਹਾਲ ਚਾਲ ਆ ਜੀ ਕਿਦਾਂ ਸਭ ਵਧੀਆ ਮੇਰੀਆਂ ਦੁਆਵਾਂ ਹਮੇਸ਼ਾ ਤੁਹਾਡੇ ਨਾਲ ਅੱਲਾਹ ਪਾਕ ਤੁਹਾਡੀਆਂ ਫੈਮਲੀਆ ਨੂੰ ਇਸ ਮੂਜ਼ੀ ਮਰਜ਼ ਤੋਂ ਹਮੇਸ਼ਾ ਮਹਿਫੂਜ਼ ਰੱਖੇ ਆ ਜਿੱਦਾਂ ਜਿੱਦਾਂ ਤੁਹਾਨੂੰ احتیاطی تدابیر ਦਸੀਆਂ ਜਾ ਰਹੀਆਂ ਨੇ ਸਭ ਤੇ ਅਮਲ ਕਰੋ ਆ ਜਿਹੜੇ ਵਿਲੇ ਕੋਈ ਖੋਖਿਆਂ ਤੇ ਖੋਖਿਆਂ ਤੇ ਬਹਿ ਕੇ ਐਵੇਂ ਘਰਾਂ ਚ ਬਹਿ ਕੇ ਕਹਿ ਰਹੇ ਹੁੰਦੇ ਉਹ ਕੱਖ ਨਹੀਂ ਹੈਗਾ ਕਿਤੇ ਨਹੀਂ ਹੈਗਾ ਅਫਵਾਵਾ ਹੀ ਆ ਇਹਨਾਂ ਬੇਅਕਲਾਂ ਜਾਹਲਾਂ ਦੀ ਗੱਲ ਤੇ ਬਿਲਕੁਲ ਨਹੀਂ ਜਾਣਾ ਸਿਰਫ ਜਿੱਦਾਂ ਤੁਹਾਨੂੰ ਦੱਸਿਆ ਜਾ ਰਿਹਾ ਹੈ ਉਤੇ ਅਮਲ ਕਰੋ ਸਮਾਜੀ فاਸਲਾ ਰੱਖੋ ਹੱਥ ਧੋਵੋ ਮਾਸਕ ਇਸਤੇਮਾਲ ਕਰੋ ਅਗਰ ਤੁਹਾਨੂੰ ਕੋਈ ਕੰਮ ਨਹੀਂ ਹੈ ਤੇ ਤੁਸੀਂ ਆਪਣੇ ਰਾਮਨਾਥ ਘਰ ਬੈਠੋ ਠੀਕ ਹੈ ਤੇ ਫੁੱਲ ਇहतਿਆਤ ਕਰੋ ਸਿਰਫ ਆਪਣੇ ਵਾਸਤੇ ਆਪਣੇ ਮੁਲਕ ਵਾਸਤੇ ਆਪਣੀ ਫੈਮਲੀਆਂ ਵਾਸਤੇ ਆਪਣੇ ਭੈਣਾਂ ਭਰਾਵਾਂ ਵਾਸਤੇ ਤੇ ਮੇਰਾ ਜਿਹੜਾ ਕੰਮ ਹੈ ਮੈਂ ਉਹ ਕਰੀ ਜਾ ਰਿਹਾ ਧੜਾ ਧੜ ਅ ਕਾਲਮਲਾਉਣ ਜਾ ਰਹੇ ਹਾਂ ਜੀ ਮਿਸਤਰੀ ਬਿਸ਼ਾਰਦ ਸਾਹਿਬ ਨੂੰ ਤੇ ਮਜ਼ੇਦਾਰ ਕਾਲ ਤਗੜੀ ਕਾਲ ਹੈ ਵੱਡਾ ਆਈਡੀਆ ਮਜ਼ਾ ਲੈਣ ਵਾਸਤੇ ਤਿਆਰ ਹੋ ਜੋ ਬਹੁਤ ਬਹੁਤ ਸ਼ੁਕਰੀਆ ਮੇਰਾ ਚੈਨਲ ਸਬਸਕ੍ਰਾਈਬ ਕਰਨ ਦਾ ਜੇ ਹਾਲੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਚੈਨਲ ਹੁਣੇ ਹੀ ਸਬਸਕ੍ਰਾਈਬ ਕਰ ਲਓ ਨਾਲ ਘੰਟੀ ਦਾ ਜਿਹੜਾ ਬਟਨ ਹੈ ਉਹਨੂੰ ਜ਼ਰੂਰ ਦਬਾਓ ਆ ਮੇਰਾ ਫੇਸਬੁੱਕ ਪੇਜ ਤੁਹਾਨੂੰ ਨਜ਼ਰ ਆ ਰਿਹਾ ਹੈ ਇਹ ਇਹਨੂੰ ਲਾਈਕ ਕਰ ਦਿਓ ਤੇ ਇਹ ਤੋਂ ਵੀ ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ ਅਪਡੇਟਸ ਨੇ ਉਹ ਮਿਲਦੀਆਂ ਰਹਿਣੀਆਂ ਕਾਲ ਮਲਾਉਣੇ ਮਿਸਤਰੀ ਬਿਸ਼ਾਰਤ ਨੂੰ ਮਲਾਓ ਜੀ ਕਾਲ ਹੈਲੋ ਆਲਾਬਾ ਸਲਾਮ ਅਲੈਕੁਮ ਚਾਚਾ ਬਿਸ਼ਾਰਤ ਵਾਅਲੈਕੁਮ ਸਲਾਮ ਪੁੱਤ ਰਾਣਾ ਇਜਾਜ਼ ਗੱਲ ਕਰ ਰਹੇ ਹਾਂ ਰਾਣਾ ਜਾਜ ਪੁੱਤ ਹੋਣਾ ਕੋਤੋਂ ਕਿਆ ਕਰ ਬੇ ਰਾਣਾ ਜਾਜ ਗੱਲ ਕਰਦਾ ਅੱਛਾ ਹੋਂ ਤਾਂ ਮਨ ਤੇਰੇ ਬਾਜ ਦੀ ਹੋ ਗਈ ਆ ਪਛਾਨ ਕੀ ਹਾਲ ਚੱਲ ਹੈ ਵਾ ਸਭ ਰੱਬ ਦਾ ਕਰਮ ਪੁੱਤ ਤੂੰ ਸੁਣਾ ਕੰਮਕਾਰ ਕੰਮਕਾਰ ਬਹੁਤ ਬਈ ਧਿਆ ਤੜ ਪਤਾ ਕਰੋਨਾ ਵੀ ਆ ਤੇ ਬੇ ਜਿੱਥੇ ਕੰਮ ਆ ਵੀ ਜਾਂਦਾ ਕਰ ਲਈਦਾ ਪੁੱਤ ਬਈ ਧਈਆਂ ਨਾ ਆ ਹਰ ਪਾਸੇ ਇਦਾਂ ਹੀ ਸਿਸਟਮ ਚੱਲਣ ਡਿਆ। ਆ ਹੋਰ ਤਬੀਤਾ ਸੁਣਾਖਤਾ। ਅੱਲਾ ਦਾ ਸ਼ੁਕਰ ਆ ਸਾਬ ਠੀਕ ਠਾਕ। ਹਾਂਜੀ ਹਾਂਜੀ ਅੱਲਾ ਦਾ ਠੀਕ ਆ। ਹਾਂਜੀ ਹਾਂਜੀ ਅੱਲਾ ਦਾ ਠੀਕ ਆ। ਹਾਂਜੀ ਹਾਂਜੀ। ਅੱਪੂ ਜੀ ਠੀਕ ਆ। ਅੱਲਾ ਦਾ ਸ਼ੁਕਰ। ਅਮੀ ਜੀ ਠੀਕ ਆ। ਅੱਲਾ ਦਾ ਸ਼ੁਕਰ ਜੀ ਅੱਲਾ ਦਾ। ਸ਼ੁਕਰ ਅੱਲਾ ਦਾ। ਹਾਂਜੀ ਹੈ ਬੇਹਨ। ਹਾਏ ਹਾਏ ਹਾਏ। ਕੀ ਹਾਇਆ ਬੋਤ? ਕੁਛ ਨਹੀਂ ਚਾਚਾ ਬਿਸ਼ਾਹਰਤ ਬੰਦਾ ਹੀ ਬੰਦੇ ਦਾ دارو ਹੁੰਦਾ ਤੇ ਬੰਦਾ ਹੀ ਬੰਦੇ ਦਾ ਮਾਰੂ ਹੁੰਦਾ। ਬਸ ਬਾ ਬੰਦਾ ਹੀ ਆਣਾ ਯਾਰ ਦੇਖਣਾ ਬੰਦੇ ਨੇ ਬੰਦੇ ਦਾ ਕੰਮ ਆਉਣਾ ਹੋਰ ਕੀ ਹੈ ਦੁਨੀਆ ਤੇ ਹਾਏ 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 ਇਨਸਾਨ ਨੂੰ ਪੈਦਾ ਹੀ ਇਨਸਾਨ ਦੀ ਖਿਦਮਤ ਵਾਸਤੇ ਕੀਤਾ ਗਿਆ ਨਾ ਹੱਕ 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 ਕਾਹਤਰੀ ਗੱਲ ਬੋਤ ਹੱਕ ਬੰਦਾ ਬੰਦੇ ਨੂੰ ਬੰਦੇ ਦੇ ਨਾਲ ਰਹਿਣਾ ਚਾਹੀਦਾ ਹੈ ਬੰਦੇ ਨੂੰ ਬੰਦੇ ਦੇ ਨਾਲ ਕਾਰਡ ਕੱਢਣੀ ਚਾਹੀਦੀ ਹੈ ਬਿਲਕੁਲ ਸਹੀ ਕਹੇ ਗਾਲਾ ਪਰ ਜਿਹੜਾ ਬੰਦਾ ਹੀ ਕੀ ਜਿਹੜਾ ਕਿਸੇ ਦਾ ਕੰਮ ਨਾ ਆਏ ਹਾਏ 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 ਦਰਦ-ਏ-ਦਿਲ ਕੇ ਵਾਸਤੇ ਪੈਦਾ ਕੀਤਾ ਹੈ ਇਨਸਾਨ ਨੂੰ ਦਰਦ ਦੇ ਦਿਲ ਵਾਸਤੇ ਪੈਦਾ ਕੀਤਾ ਗਿਆ ਨਾ ਅੱਛਾ ਮਾਂ ਦਾ ਹਰੇ ਕੋਈ ਸ਼ਰਬਤ ਦਸਨ ਲੱਗਾ ਹਰੇ ਅੱਛਾ ਕਿ ਪੁਣਾ ਕਿਦਾਂ ਯਾਦ ਕੀਤਾ ਅ ਚਾਚਾ ਬਿਸ਼ਰਤੇ ਗੱਲ ਕਰਨੀ ਹੈ ਘਰ ਬਹੁਤ ਮੈਂ ਰੋਕ ਵੀ ਦਮਾਂ ਤੋਂ ਉਤਾ ਕਰ ਹੀ ਦੇਣਾ ਹੁੰਨਾ ਤੂੰ ਕਰੀ ਜਾ ਫਿਰ ਆਪ ਮੈਂ ਤਾਂ ਸੁਣਦਾ ਹੀ ਮੇਰੇ ਦੋਸਤ ਇੱਕ ਨੇ ਤੇਰੇ ਹਾਂ ਸਲਾਮ ਵਾਦ ਅੱਛਾ ਬੜੇ ਅਮੀਰ ਆਦਮੀ ਨੇ ਤੇਰੇ ਦੋਸ ਮੇਰੀ ਹੋਣੇ ਆ ਤੂੰ ਆਪ ਬਈ ਬਈ ਆਪ ਹੀ ਅੱਲਾ ਦਾ ਦਿੱਤਾ ਸਾਰਾ ਕੁਝ ਹੀ ਆ ਤੇਰੇ ਕੋ ਹਾਂਜੀ ਅੱਲਾ ਦਾ ਸ਼ੁਕਰ ਅੱਲਾ ਦਾ ਸ਼ੁਕਰ ਸ਼ੁਕਰ ਉਹ ਦੇ ਰਹੇ ਨੇ ਰਾਸ਼ਨ ਕੀ ਦੇ ਰਹੇ ਰਾਸ਼ਨ ਰੋਜ਼ਿਆਂ ਚ ਸਵਾਬ ਵਾਸਤੇ ਵੰਡਦੇ ਆ ਨਾ ਸਮਾਨ ਘਰ ਦਾ ਆ ਆ ਮਾੜੇ ਲੋਕਾਂ ਨੂੰ ਵੰਡਦੇ ਹੁੰਦੇ ਆ ਖਾਣ ਪੀਣ ਤੇ ਕਪੜਾ ਵੀ ਤੇ ਇਹ ਹਾਂਜੀ ਹਾਂਜੀ ਅੱਛਾ ਫਿਰ ਤੇ ਰਾਤੀ ਮੇਰੀ ਗੱਲ ਹੋ ਰਹੀ ਸੀ ਉਹ ਦਿਨ ਦਾ ਹਾਂਜੀ ਅੱਛਾ ਫਿਰ ਮੈਂ ਕਹਿਆ ਯਾਰ ਤੂੰ ਜੁਰਾਸ਼ਨ ਵੰਡਣ ਦੇ ਹਾਂ ਤੇ ਜਿਹੜੇ ਸਾਡੇ ਜਾਣਨ ਵਾਲੇ ਬੰਦੇ ਆ ਹਾਂ ਉਹਨਾਂ ਨੂੰ ਵੀ ਦੇ ਹਾਂ ਸਗੱਲ ਆ ਬੈਲ ਕੋਈ ਸਾ ਇਹ ਆਪਣੇ ਜਾਣਨ ਵਾਲਾ ਲੋਦਾ ਜਾਂਦਾ ਵੀ ਤੇਰੇ ਵੀ ਜਾਣਨ ਵਾਲਾ ਹਾਂ ਹਾਂ ਤੇ ਮੇਰਾ ਆ ਤੁਹਾਡਾ ਜ਼ਿਹਨ ਚ ਮੇਰੇ ਮੇਰਾ ਜ਼ਿਹਨ ਚ ਹਾਂ ਮੈਂ ਕਹਿੰਦਾ ਪਿਛਲੇ ਰਾਸ਼ਨ ਮਿਲ ਜਾਣਾ ਚਾਹੀਦਾ ਉਹ ਤੋ ਤੇਰੀ ਗੱਲ ਤਾਂ ਠੀਕ ਆ ਪਰ ਹੁਣ ਮੈਂ ਆਪ ਚੰਗਾ ਲੱਗਦਾ ਵੀ ਜਾਂਦਾ ਕਿਸ ਨੂੰ ਕਬਾ ਵੀ ਰਾਸ਼ਨ ਦੇਗਾ ਨਹੀਂ 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 ਕਹਿਣਾ ਨਹੀਂ ਹਾਂ ਸਿਰਫ ਜਾਣਾ ਹੈ ਹਾਂ ਬਸ ਉਹਨਾਂ ਨੇ ਆਪ ਹੀ ਰੱਖ ਦੇਣਾ ਤੇ ਕੋਈ ਊਂਠ ਰੇੜੇ ਹੈਗੇ ਵਕਫ ਆਪਣੇ ਇੱਥੇ ਊਂਠ ਰੇੜੇ ਹਾਂ ਜੀ ਵੱਡੇ ਜਿਨ੍ਹਾਂ ਦੇ ਘਰਾਂ ਦਾ ਸਮਾਨ ਨਹੀਂ ਢੋਂਦੇ ਊਂਠ ਰੇੜੇ ਓਆ ਵਾ ਜੜਾ ਹਗਾ ਬਾ ਆਪਣਾ ਅੱਜ ਵਾਰ ਨਹੀਂ ਆ ਮੁੰਨੋ ਕਰਤੇ ਸਾਡੇ ਰਹਿੰਦਾ ਹਾਂ ਜੀ ਵਿਚਾਰੇ ਭਰਾ ਇਹਨਾਂ ਕੋ ਇਹੀ ਤੂੰ ਊਂਠ ਰੇੜੇ ਦਾ ਕਰਦਾ ਦੋ ਰੇੜੇ ਆ ਇਹਦੇ ਕੋ ਤੇ ਇੱਕ ਵਿੱਚ ਮੇਰਾ ਸ਼ਗਿਰਦ ਵੀ ਰਿਹਾ ਉਹਨੇ ਕੰਮ ਛੱਡ ਕੇ ਮੁੜ ਕੇ ਊਂਠ ਰੇੜੀ ਲਾ ਲਈ ਸੀ ਅੱਛਾ ਅੱਛਾ ਦੋ ਊਂਠ ਰੇੜੇ ਨੇ ਨਾ ਕੋ ਫੇਤ ਆਪਣੀ ਗੱਲ ਬਣ ਗਈ ਹੈ ਨਹੀਂ ਉਹ ਊਂਠ ਰੇੜੇ ਕੀ ਕਰਨੇ ਆਪਾਂ ਜਾਣਾ ਨਾ ਸਮਝੋ ਉਂਟ ਰੇੜੇ ਤੇ ਬਾਗ ਜਾਣਾ ਨਹੀਂ ਨਹੀਂ ਬਾਗ ਨਹੀਂ ਜਾਣਾ ਆਪਾਂ ਰਾਸ਼ਨ ਲੈਣ ਜਾਣਾ ਘਰ ਦਾ ਸੌਦਾ ਸਲਫ ਉਹਨਾਂ ਨੇ ਦੇਣਾ ਹੈ ਅੱਛਾ ਮੈਂ ਕਿਹਾ ਖਰੇ ਉਂਟ ਰੇੜੇ ਤੇ ਬਾਗ ਕਿਤੇ ਬਈ ਵਾਲੇ ਬੰਦਦਾ ਅਭੀ ਰੇਤਾਂ ਦੇ ਵਿੱਚੋਂ ਜਾ ਕੇ ਲਿਆਉਣਾ ਰਾਸ਼ਨ ਨਹੀਂ 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 ਉਂਟ ਪਤਾ ਇਨਾ ਰਾਸ਼ਨ ਤਾਂ ਨਹੀਂ ਨਾ ਵੰਡਤਾਂ ਰੱਬ ਦੀ بڑے بڑے ਸਖੀ ਦੁਨੀਆ ਚ ਰੱਬ ਨੇ ਪੈਦਾ ਕੀਤੇ ਚਾਚਾ ਹੱਕ ਹੱਕ ਤੇਰੀ ਗੱਲ ਪੁੱਤ ਹੱਕ ਤੇ ਪੋਤਾ ਹੁੰਦਾ ਨਾ ਕੋ ਬੰਦਾ ਕੋ ਲਾ ਜਾਵੇ ਨਾਲ ਕੋ ਕਪੜਾ ਕੋ ਬੜਾ ਪੋਰਾ ਥੋੜਾ ਬਹੁਤੀ ਦੇਣਾ ਹੁੰਦਾ ਐਨਾ ਕੋਣ ਦਿੰਦਾ ਪੋਤਰਾ ਨਹੀਂ 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 ਰੱਬ ਨੇ ਇੰਨਾ ਕਈਆਂ ਦਿੱਤਾ ਹੈ ਕਿ ਰੱਬ ਦੇ ਦਿੱਤਿਆਂ ਚੋਂ ਦੇ ਹੀ ਜਾਂਦੇ ਦੇ ਹੀ ਜਾਂਦੇ ਅੱਛਾ ਜੇ ਇਹੋ ਜੀ ਗੱਲ ਆ ਤੇ ਪੋਤੇ ਉਹ ਮਤਲਬ ਉਹ ਤੇਰਾ ਕਹਿੰਦਾ ਬਈ ਊਂਠ ਰੇੜੀ ਦੇ ਉੱਤੇ ਲਿਆਉਣਾ ਹਾਂ ਚਾਚਾ ਬਿਸ਼ਹਾਰਤ ਲੇਕਿਨ ਤੇਨਾਂ ਇੱਕ ਗੱਲ ਕਰਨੀ ਹੈ ਆਹ ਕਾਰ ਪੋਤੇ ਤੂੰ ਦੇਖ ਕਾਰ ਕਾਰ ਚਾਚਾ ਝਾਕਣਾ ਝਾਕਣਾ ਕਾਰ ਜਿਹੜਾ ਆਪਣੇ ਅੱਗੇ ਮਤਲਬ ਕਿ ਟਿੱਡ ਜਗਾ ਚੁੱਕਿਆ ਜਾਂਦਾ ਹੈ। ਨਾ ਹੀ ਕੋਈ ਆਪਣੇ ਦੇ ਵਿੱਚ ਤੇ ਫਿਰ ਆਪਣੇ ਦੇ ਵਿੱਚ ਤੇ ਕੋਈ ਹੁੰਦਾ ਨਹੀਂ ਪਰਦਾ ਯਾਰ। ਹੁਣ ਬਾਹਰ ਦੇ ਬੰਦੇ ਅੱਗੇ ਮੈਂ ਗੱਲ ਨਹੀਂ ਕਰ ਸਕਦਾ। ਕੀ ਹੋਇਆ ਕੀ? ਵੀ ਮੈਂ ਇਹ ਗੱਲ ਚਾਹਨਾ ਆ ਕਿ ਹਾਂ ਮੈਂ ਉੱਥੇ ਅੱਗੇ ਚੌਧਰੀ ਲੱਗ ਜਾਊਂਗਾ। ਕਿਦਾਂ? ਵੀ ਮੈਂ ਕਹੂੰਗਾ ਸਾਡਾ ਚਾਚਾ ਹੈ। ਅੱਛਾ। ਇਹਨੂੰ ਰਾਸ਼ਨ ਦਿਓ, ਦੋ ਵਾਰੀ ਦਿਓ। ਉਹ ਚਾਰ ਪਛਾਣ ਲਊਗਾ ਫਿਰ ਨਹੀਂ 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 ਕਰਨਾ ਪਤਾ ਕਿਦਾਂ? ਹਾਂ। ਰਾਸ਼ਨ ਮੈਂ ਦੋ ਵਰੀ ਲੈ ਦੇਣਾ ਚਾਚਾ ਅੱਧਾ ਰਾਸ਼ਨ ਤੇਰਾ ਤੇ ਅੱਧਾ ਮੇਰਾ ਲਾ ਤਾਂ ਲਾ ਆਪ ਬੋਤੋ ਅਗਭੀ ਤੂੰ ਹੀ ਲਾ ਕੇ ਦਿੰਦਾ ਫੇ ਅੱਧੇ ਵਿੱਚ ਤੇਰਾ ਕੀ ਤੇ ਮੇਰਾ ਨਾਲੇ ਤੂੰ ਤਾਂ ਖਾਂਦਾ ਪੀਂਦਾ ਕਹਿੰਦਾ ਫੇ ਮੈਂ ਹਾਲਾਤ ਨਹੀਂ ਠੀਕੇ ਕੇ ਖਾਕੇ ਕਟਣੇ ਹੂੰ ਬਹੁਤ ਹਾਲਾਤ ਟੈਟਕ ਤੇ ਬੋਤੋ ਤੂੰ ਆਪ ਨੂੰ ਕਹਦੇ ਵੀ ਮੈਂ ਤੇਰਾ ਜਾ ਨਹੀਂ 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 ਇਦਾਂ ਤਾਂ ਨਹੀਂ ਨਾ ਉਹ ਮੈਨੂੰ ਸਮਝਦਾ ਹੈ ਕਿ ਮੈਂ ਬਹੁਤ ਤਗੜਾ ਬੰਦਾ ਆ ਪਰਦੇ ਵਾਲੀ ਗੱਲ ਆ ਪਰਦੇ ਵਾਲੀ ਗੱਲ ਆ ਤੇ ਉਹ ਮੈਂ ਉੱਥੇ ਜਾ ਕੇ ਐਵੇਂ ਚੌਧਰੀ ਜੇ ਬਣ ਜਾਣਾ ਨਾ ਆਛਾ ਆਛਾ ਕਿ ਦਿਓ ਦਿਓ ਚਾਚਾ ਜੀ ਨੂੰ ਆਪਣੇ ਵੱਡੇ ਨੇ ਤਿਆਰ ਹਾਠੀ ਆ ਜਾ ਖਾਂਦਾ ਪੀਂਦਾ ਤਾਂ ਫਿਰ ਦੇ ਦੇ ਮੈਂ ਨੂੰ ਕਹ ਰਿਹਾ ਮਾਂ ਮਾਂ ਹੋ ਗਿਆ ਹੋ ਕੇ ਲਾ ਲਾਂਗਾ ਪੁੱਤ ਕੋਈ ਕਰਨੀ ਮੈਂ ਬਲੈਕ ਹਾਂ ਤੁਮੇ ਕਥਾ ਲਾ ਲਈ ਤੂੰ ਅੱਗੇ ਆਪਾਂ ਫੈਸਲਬਾਦ ਆ ਕੇ ਦਾਦਾ ਕਰ ਲਾਂਗੇ ਕਾਲੀ ਕੋਈ ਨਹੀਂ ਪੁੱਤ ਇਹ ਤੇਰੇ ਹਲ ਭੋਰਾ ਵੱਧ ਕੀ ਤੇ ਮੇਰੇ ਹਲ ਭੋਰਾ ਘਟ ਕਿਉਂ ਆਵੇ ਬਸ ਬਸ ਹਾਂ ਬਸ ਬਸ ਬੋਤ ਹੈ ਉਹ ਮੈਨੂੰ ਯਾਰ ਸ਼ਰਮ ਜਿਹੀ ਆਉਂਦੀ ਮਾਂ ਕਹਿੰਦਾ ਨਹੀਂ ਨਹੀਂ ਇਹ ਸ਼ਰਮ ਵਾਲੀ ਕਿਹੜੀ ਗੱਲ ਹੈ ਰਜ਼ਕ ਰੱਬ ਦਾ ਦਿੱਤਾ ਹੈ ਖਾਣਾ ਚਾਹੀਦਾ ਹੈ ਖੋਲ ਕੇ ਜਾ ਕੇ ਬੁਕਾਰ ਮੈਨੂੰ ਵੀ ਦਿਓ ਨਹੀਂ 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 ਕਹਿਣਾ ਨਹੀਂ ਉਹ ਤਾਂ ਮੈਂ ਕਹਿਣਾ ਹੈ ਆ ਸ਼ਾ ਮੈਂ ਮਾਸ਼ਾ ਕੇ ਆਣਾ ਲੈਣਾ ਬੋਲਣਾ ਹੀ ਨਹੀਂ ਮੂੰਹ ਆਪੇ ਮਿਲ ਜਾਣਾ ਮੈਂ ਕਹਿੰਦਾ ਚਾਚਾ ਜੀ ਆਏ ਰਾਸ਼ਨ ਦਿਓ ਤੇ ਬੰਦਿਆਂ ਨੇ ਉਥੋਂ ਜਿੰਨੇ ਪੱਲੇਦਾਰ ਨੇ ਪੱਲੇਦਾਰ ਨੇ ਲੋਡਿੰਗ ਸ਼ੁਰੂ ਕਰ ਦੇਣੀ ਪੱਲੇਦਾਰਾਂ ਨੇ ਮੈਂ ਜਾ ਕੇ ਕੁਝ ਵੀ ਨਹੀਂ ਬੋਲਣਾ ਆਪੇ ਹੀ ਰਾਸ਼ਨ ਮਿਲ ਜਾਣਾ ਆਪੇ ਹੀ ਮੈਂ ਸਿਰਫ ਇਸ਼ਾਰਾ ਕਰਾਉਣਾ ਹੈ ਕਿ ਇਹ ਚਾਚਾ ਜੀ ਆਪਣੇ ਨੇ ਮੈਂ ਕੁਝ ਨਹੀਂ ਬੋਲਣਾ ਆਪੇ ਇਹ ਆਟੋਮੈਟਿਕ ਰਾਸ਼ਨ ਹੈ ਬੇਟਾ ਆਪੇ ਆ ਜਾਊਗਾ ਮੈਂ ਮਤਲਬ ਕੁਛ ਕਾ ਮੰਗਾ ਤੇ ਅੱਗੇ ਹੱਥ ਨਾ ਕਰੂੰਗਾ ਨਾ ਨਹੀਂ 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 ਚਾਚਾ ਸਾਡੇ ਹੁੰਦਿਆਂ ਤੂੰ ਕਿਸੇ ਅੱਗੇ ਹੱਥ ਕਰੇ ਯਾਰ ਅਸੀਂ ਸਿਰਫ ਇਸ਼ਾਰਾ ਕਰਾਉਣਾ ਉਂਗਲ ਦਾ ਕਿ ਆ ਚਾਚਾ ਜੀ ਨੇ ਹਾਂ ਤੇ ਬੰਦਿਆਂ ਨੇ ਲੋਡਿੰਗ ਸ਼ੁਰੂ ਕਰ ਦੇਣੀ ਆਪਾਂ ਬੈ ਕੇ ਚਾਹ ਪੀਣੀ ਰੋਟੀ ਖਾਣੀ ਐ ਤੇ ਉਹਨਾਂ ਚ ਰਿਆ ਕਿ ਗੱਡੀਆਂ ਲੋਡੋ ਜਣੀਆਂ ਨੇ ਤੇ ਕਾਰਾਂ ਬਾਈ ਮੈਂ ਚੱਲ 6 ਮਹੀਨੇ ਛਾਲ ਚਾਚਾ ਵੀ ਤਰਾ ਹਾਂ ਰਾਜੇ ਕਾ ਹਾਂ 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 ਤੇ ਬੋ ਕਦੋਂ ਜਾਣਾ ਫੇ ਮੌਕੇ ਨਾ ਜਾਵੇ ਕੱਲ ਨੂੰ ਹੀ ਕੱਲ ਨੂੰ ਆਪ ਨਹੀਂ ਬੁੱਤ ਉਹ ਉਂਟਾ ਉਂਟ ਰੇੜੀਆਂ ਦਾ ਉਹ ਕੀ ਕਹਿਣਾ ਮੈਨੂੰ ਕੋਈ ਇਹਨਾਂ ਗੱਲਾਂ ਤੇਰੀ ਕੋ ਪੱਲੇ ਨਹੀਂ ਰਸ਼ਨ ਲੋਡ ਕਰਕੇ ਲੈਣਾ ਨਾ ਉੱਤੇ ਆਪਾਂ ਭਰ ਭਰ ਕੇ ਉਂਟ ਰੇੜੀਆਂ ਹਾਂ ਉਂਟ ਰੇੜੀ ਨਾਲ ਰਸ਼ਨ ਖਾਦੇ ਤੇ ਰਸ਼ਨ ਟ੍ਰੇਨ ਭਰ ਕੇ ਆਈ ਹੈ ਬੜਾ ਅੰਦਰ ਅੰਦ ਗਦਾਮਾਂ ਦੇ ਗਦਾਮ ਭਰੇ ਪਏ ਕੰਮ ਛੱਡਾ ਲੱਗੇ ਸਾਰਾ ਹੀ ਉੱਨੇ ਲੱਗੇ ਕੋ ਘਰ ਘਰ ਕੋ ਕੋਈ ਨਹੀਂ ਤਾਂ ਚਲੋ ਖਾਲ ਮੈਂ ਉਹਨੂੰ ਜਵਾਬ ਨੂੰ ਕਾ ਦੇਣਾ ਕੋਈ ਕਰ ਲਿਓ ਉਹ ਪੁੱਤਰਾ ਆਪਣੇ ਉਹ ਛੜੀ ਇੱਕ ਚਾਹੀਦੀ ਦੋ 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 ਛੜੀ ਹਾਂਜੀ ਤੇ ਚਲ ਮੈਂ ਉਹਨੂੰ ਹੁਣੇ ਕਾ ਦੇਣਾ ਉਹ ਛੜੀ ਬਲਕੇ ਬੈਠੇ ਰੱਖ ਮੈਂ ਹੁਣੇ ਕਹਿਣਾ ਇਹ ਤਵੈਲੇ ਨਹੀਂ ਨਹੀਂ ਫੋਨ ਜਦੋਂ ਬੰਦ ਕਰੂਗਾ ਨਾ ਮੇਰਾ ਹਾਂ ਤੇ ਤੁਸੀਂ ਉਹਨੂੰ ਕਹਿ ਦਈਏ ਠੀਕ ਹੋ ਗਿਆ ਤੇ ਤੇ ਵੰਡਦੇ ਕੀ ਕੀ ਪਏ ਵੇ ਚੱਕੇ ਕੀ ਆਪਾਂ ਉਹ ਸਾਬਣਾ ਬੰਦਾ ਕੋਈ ਜੇਲ ਬਣਾਉਂਦਾ ਨਾ

ਨਾਲਾਟੇ ਹੋ ਕੀ ਬਣਾਓ ਆਪਾਂ ਜਿਹੜਾ ਹੁਣ ਰੇੜੀ ਤੇ ਰੱਖ ਕੇ ਦੇਣਾ ਉਹ ਕੀ ਆ 2 ਰੁਪਏ ਵਾਲੀ ਚਾਹ ਦੀ ਪੱਤੀ ਅੱਛਾ 2 ਉਹ ਹੋਣੀਆਂ ਪੰਡਾ ਦੀਆਂ ਪੰਡਾ ਨਹੀਂ ਨਹੀਂ ਇੱਕ ਚਾਹ ਦੀ ਪੱਤੀ ਬਸ 2 ਰੁਪਏ ਵਾਲੀ ਇੱਕ ਚਾਹ ਦੀ ਪੱਤੇ ਜਿਹਦੇ ਨਾਲ ਦੋ ਕੱਪ ਬਣਾਦੇ ਹਾਂਜੀ ਅੱਛਾ ਹੋਰ ਕੀ ਆ ਪੱਤੀ ਤਾਂ ਲਵਾਓ ਚੀਨੀ ਉਹ ਕਰਨੀ 10 ਚਮਚੀਆਂ ਤਾਸੇ ਚਮਚੀਆਂ ਅਗਣ ਕੇ ਬਾਸ ਉਹਨੇ ਚਮਚੀਆਂ ਪਾ ਦੇਣੀਆਂ ਨੇ 10 ਬੱਲੇ ਬੱਲੇ ਹੋਰ ਆਟਾ ਓਕਣਾ ਦੋ ਮੁਠਾ ਵਾ 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 ਬਈ ਕਰਾ ਹੋਰ ਕੀਆ ਸਾਬਣ ਓ ਕਿੰਨੀਆਂ ਤੇਲੀਆਂ ਤੇ ਲਾ ਕੇ ਦੇਣ ਭਾਗਾ

ਤਾਂ ਕਹਣਾ ਉਹ ਨਾ ਬੰਦ ਉਹ ਤਾਂ ਬੰਦ ਭਾਵੇਂ ਤੂੰ ਨਹੀਂ ਹਟਣਾ ਭਾਈ ਤੂੰ ਨਹੀਂ ਹਟਦਾ ਫੇ ਨਾ ਕਿਉ ਹੈ ਓਏ ਅਸਤਾ ਕਰਾ ਕੰਨਾ ਕਿਉ ਰੇੜੇ ਵਾਲੇ ਨੂੰ ਕਹਤਾ ਚਾਚਾ ਰੇੜੇ ਵਾਲਾ ਤੂੰ ਥੋੜੀਆਂ ਪਾ ਜਾਣੀਆਂ ਪੁੱਤ ਪੁੱਤ ਰੇੜੀਆਂ ਹਾਂ ਨਹੀਂ ਆ ਜਾਦੀ ਪਤੀ ਦੋ ਰੁਪਏ ਵਾਲੀ 10 ਚਮਚੀਆਂ 3 3 ਦੇ ਆ ਆ ਤੇ ਕਿ ਉਹ ਕਿ ਨਾ ਡੇਢ ਚਮਚ ਡੇਢ ਚਮਚ ਅੱਛਾ ਮੈਨੂੰ ਇਹ ਦੱਸ ਸੇ ਉਹਨਾਂ ਲੋਕ ਤੋ ਕੀ ਦੱਸਿਆ ਭਈ ਚਾਚਾ ਬੁਸ਼ਾਰ ਜਿਹੜਾ ਇਹ ਪੰਜ ਕੀੜੀਆਂ ਦਾ ਕਲੋਤਾ ਭਰਾ ਉਹ ਖੋਤੇ ਤੇਰਾ ਨਾ ਸਪਟਾ ਜਾਵੇ ਬੇ ਹਲਾ ਜਾਜੇ ਤੂੰ ਹਟ ਜਾਣੀ ਆਗਾ ਤੇ ਆਪਣੇ ਜਿਹੜੇ ਤੁਹਾਡੇ ਮੁੰਡੇ ਨੇ ਨਾ ਅੱਛਾ ਉਹਨਾਂ ਦਾ ਵੀ ਉਹਨਾਂ ਨੂੰ ਕਹਿ ਦੇਣਾ ਕਿ ਸ਼ਾਮ ਨੂੰ ਆਸੇ-ਪਾਸੇ ਨਾ ਨਿਕਲਣ ਘਰੇ ਰਹਿਣ ਤੇ ਰਾਸ਼ਨ ਲਵੋਣਾ ਉਹਨਾਂ ਨੇ ਹਕਾਰਾ ਭੱਲੇ ਨਾ ਬਤ ਉਹਨਾਂ ਥੱਕ ਜਾਣਗੇ ਮੈਂ ਨਾ ਕੋਈ ਦਰਜਣਕ ਪਾਂਡੇ ਮਗਾਉਣਾ ਜਬ ਜਾਂ ਬਲਕੇ ਬਤ ਤੂੰ ਆ ਕਾ ਰਹਾ ਆਪਾਂ ਜੀ ਆ ਬੋਟ ਰੇੜੀਆਂ ਇਕੱਠੀਆਂ ਕਰਨੇ ਬੰਦਿਆਂ ਨੂੰ ਕਹਣਾ ਆ ਹਾਈ ਕਿਤੇ ਕਬਰਸਤਾਨ ਜਾਂਦੇ ਬਥੇਰੇ ਕਾਡੇ ਕੀੜੇ ਫਿਰਦੇ ਹੁੰਦੇ ਉਹਨਾਂ ਦੀ ਕੋਈ ਲੈ ਹੁੰਦੇ 2-200 ਰੁਪਏ ਦੇ ਦਾਂਗੇ ਫਿੱਪੀ ਕਾਡੇ ਨੂੰ ਕਿ ਵੇ ਸਾਡਾ ਰਾਸ਼ਨ ਲਵੋਣਾ ਹਾ ਲਖ ਲਾੜਾ ਤਾਂ ਭਾਈ ਤੇਰੇ ਤਾਂ ਨਹੀਂ ਤਾਂ ਬਣਾਣਾ ਹੁ ਮੈਂ ਇੱਕ ਹੀ ਨਾ ਦਿੱਤਾ ਇਹਨੂੰ ਤੋਂ ਹੈ ਰਾਸ਼ਨ ਹਾਂਜੀ ਰਾਸ਼ਨ ਓਏ ਇਹ ਤੋਂ ਬਹੁਤਾ ਰਾਸ਼ਨ ਨਾ ਬੰਦਾ ਵੈਸਾ ਹੀ ਜਾਂਦਾ ਜਾਂਦਾ ਰੋੜ ਜਾਂਦਾ ਹੁੰਦਾ ਦੁਕਾਨ ਤੋਂ ਲੈ ਕੇ ਜਾਂਦਾ ਜਿਹੜਾ ਤੋਂ ਮੈਨੂੰ ਨਾ ਸਦਾ ਕਰਾ ਜਿਹੜਾ ਮੈਨੂੰ ਤੋਂ ਊਠ ਰੇੜੀਆਂ ਦਾ ਊਠ ਰੇੜੀ ਕੀ ਕਰਨੀ ਓਏ ਨਾ ਨਾ ਊਠ ਰੇੜੀ ਏ ਚਾਚਾ ਕੇ ਆ ਪਰ ਜਿਹੜੇ ਨਾ ਮੁੰਡੇ ਵੀ ਛੇ ਤਰੇ ਜਿਹੜੇ ਆ ਇਹਨਾਂ ਨੂੰ ਵੀ ਘਰ ਰੱਖ ਲਈਓ ਆਂਡੀਆਂ ਗੋਣੀਆਂ ਨੂੰ ਪੜ੍ਹ ਲੈ ਚਲੋ ਹੱਥੋਂ ਥੀ ਲੈ ਜੂਗਾ ਹੱਥੋਂ ਆਹੋ ਬੰਦੇ ਤਾਂ ਪਾਸੇ ਬਹੁਤਾ ਹੀ ਚਾਹੀਦੇ ਆ ਆ ਇੰਨਾ بڑا ਰਾਸ਼ਨਾ ਕਿਤੇ ਦੇਖ ਪਿਆ ਤਾਂ ਲੱਭਣਾ ਹੀ ਨਹੀਂ ਕੱਲੇ ਬੰਦੇ ਨੂੰ ਵੀ ਕਿੱਥੇ ਗਵਾਚਾ ਕਿੰਨੇ ਬੰਦੇ ਹੋਣਤ ਕੋਈ ਕੋ ਨੁਕਰਾਂ ਫੋੜ ਲਣਗੇ ਸ਼ਾਇਦ ਕਿਤੋਂ ਕਿਤੋਂ ਸਾਨੂੰ ਪਤੀ ਲੱਭ ਜਾ ਕੋਈ ਅੰਦਰੋਂ ਕਮਰਾ ਕੁਮਰਾ ਖਾਲੀ ਕਰ ਲੈਣਾ ਸੀ ਕੋਈ ਕਮਰਾ ਕਿਉਂ ਸਾਫਾ ਮੇਰੇ ਕਮਰੇ ਚ ਨਹੀਂ ਰਾਜਨ ਲਿਆ ਕੇ ਰੱਖਿਆ ਆ ਸਾਦਾ ਕਾਏ ਹਾ ਲਾ ਲਾ ਹੋਵੋ ਤਰਕਾਰੇ ਬੋਲ ਰਾ ਰਾਸ਼ਨ ਰਾਸ਼ਨ ਤਾਂ ਆ ਕਹਦਾ ਜੇ ਬਾਬਾ ਉਹ ਕਿਉਂ ਦਾ ਪਈ ਪਿਆ ਕਰੇ ਉਹ ਤੇ ਪਈ ਬੋਰੀਆਂ ਦੀ ਢੇਰ ਲਾਈ ਰਾਸ਼ਨ ਆਪਣੇ ਘਰ ਚੂਹੇ ਤੇ ਨਹੀਂ ਨਾ ਹੈਗੇ ਕਹਦਾ ਆ ਤੁਹਾਡੇ ਘਰ ਮਤਲਬ ਉਹ ਨਾ ਉਹ ਕਿਉਂਟ ਮਤਲਬ ਕਿਓ ਚਾੜਾ ਮਾਰਨ ਆਟਾ ਆਟੇ ਤੋੜੇ ਪਾੜ ਦੇਣ ਆ ਆ ਖਬੀਸਾ ਆ ਜਿੰਨਾ ਤੋਂ ਕਿਉ ਦੇਣ ਨੇ ਆ ਨਾ ਇਹ ਤੇ ਚੂਹੇ ਨੇ ਛਾਲ ਮਾਰਦੀ ਨਾ ਉਹਦੀਆਂ ਲੱਤਾਂ ਨਿਕਲ ਜਾਣੀਆਂ ਉਹਦੀਆਂ ਲੱਥਾਂ ਟੋੜੇ ਜਾਣੀਆਂ ਸਾਲਿਆ ਮੈਂ ਬਹੁਤਾ ਕਹੋ ਤੇ ਛਾਲ ਮਾਰੇ ਤਾਂ ਚੂਵੇ ਨੂੰ ਛੱਟ ਨਹੀਂ ਲੱਗਦੀ ਇੰਨੇ ਕਹੋ ਤੇ ਛਾਲ ਮਾਰ ਕੇ ਆ ਲੱਗਣਾ ਕਿ ਰੱਤ ਚੂਵੇ ਨੇ ਖਲੇ ਘੋ ਦੇ ਨਾਲ ਮਿਲ ਕੇ ਤਾੜੀ ਮਾਰੀ ਚਪਟ ਕਰਕੇ ਆਵਾਜ਼ ਆਉਣੀ ਇਹ ਤੁਹਾਡੇ ਅੰਡੀ ਗਵੰਡੀ ਨਹੀਂ ਠੀਕ ਹੈਗੇ ਇਹਨਾਂ ਦੀ ਨਜ਼ਰ ਨੇ ਨਾ ਸਾਰਾ ਰਾਸ਼ਨ ਤੇ ਨਜ਼ਰ ਲੱਗ ਜਾਣੀ ਹੈ ਇਹਨਾਂ ਨੂੰ ਵਿੱਚੋਂ ਦੇ ਦਿਓ ਬਹੁਤਾ ਰਾਸ਼ਨ ਤੇ ਜਿੰਨਾ ਰਾਸ਼ਨ ਤੂੰ ਦੇਣ ਦਾ ਹਣਾ ਇਹਨੂੰ ਨਜ਼ਰ ਲਾਉਣ ਵਾਸਤੇ ਦੁਨੀਆ ਦਾ ਉਹ ਬੰਦਾ ਲੱਭਣਾ ਪੈਣਾ ਜਿਹਦਾ ਡੇਲਾ ਇੱਕ ਡੇਲਾ ਨਾਲ ਕੋ 8-8 ਫੁੱਟ ਦਾ ਹੋਵੇ ਐਡੇ ਵੱਡੇ ਡੇਲੇ ਨਾਲ ਵੀ ਨਜ਼ਰ ਨਹੀਂ ਲੱਗਦੀ ਓਏ ਇਹ ਹੈ ਕਿ ਜਿਹੜੀਆਂ ਚੀਜ਼ਾਂ ਖਰਾਬ ਹੋਣ ਵਾਲੀਆਂ ਨਾ ਉਹ ਵੰਡ ਲਈਓ ਤੇ ਜਿਹੜੀਆਂ ਉਹਨਾਂ ਨੇ ਖਰਾਬ ਹੋਣ ਵਾਲੀਆਂ ਮੰਡੀਆਂ ਉਹਨਾਂ ਤੇ ਯਕੀਨ ਕਰ ਲਾ ਹਾਂ ਮਿਠਾਈ ਵੀ ਦੇਣੀ ਉਹਨਾਂ ਨੇ ਉਹਨਾਂ ਨੇ ਹਾਂਜੀ ਕਿਨੇ ਇਹ ਦੇ ਇਹ ਇਹ ਜਿੰਨੀ ਮਿਠਾਈ ਦੇਣੀ ਆ ਇਹ ਮੈਨੂੰ ਦੱਸ ਇਹਦੇ ਕੋਈ ਬੋਤਲ ਦਾ ਢੱਕਣ ਲਾ ਆਂ ਭਰ ਦੇਣ ਕਿ ਜਿੱਦਾਂ ਆਪਾਂ ਨਾਨ ਦੇ ਵਿਆਹਾਂ ਸ਼ਾਦੀਆਂ ਦੇਖਿਆ ਨਾ ਇੱਕ ਇੱਕ ਨਾਨ ਦੇ 4-4 ਪੀਸ ਕਰਦੇ ਆ ਹਾਂ ਬਸ ਐਦਾਂ ਹੀ ਇੱਕ ਇੱਕ ਲੱਡੂ ਦੇ 4-4 ਭੋਰੇ ਕੀਤੇ ਹੋਏ ਉਹਨਾਂ ਨੇ ਇੱਕ ਲੱਡੂ ਤੇ ਚਾਰ ਚਾਰ ਭੋਰੇ ਮਾ ਕਾ ਮਾੜੇ ਧਰਨ ਤਦਨ ਚ ਚਬਲਾ ਬਾਟਾ ਨਾ ਕਾਲਾ ਬਾਟਾ ਘੜੀ ਮੋੜਿਆ ਖਾ ਉਹਦਾ ਕੋਤੇਰਾ ਮੋਤਾ ਉਹਤ ਕਾ ਦਾ ਰਾਸ਼ਨ ਇਹਨੂੰ ਰਾਸ਼ਨ ਕਹਦਾ ਓਏ ਜਿਹੜੇ ਆਪਣੇ ਊਂਟ ਰੇੜੇ ਵਾਲੇ ਆ ਇਹਨਾਂ ਨਾ ਵੀ 5 5 7 7 ਬੰਦੇ ਹੋਣਗੇ ਨਾ ਨਹੀਂ 5 5 7 7 ਬੰਦੇ ਕਾਦੇ ਤੂੰ ਉੱਥੋਂ ਪੇਟੀਆਂ ਲਦਾਉੜੀਆਂ ਉਹ ਜਿੰਨਾ ਤਰਾ ਰਾਸ਼ਨ ਆ ਜੇ ਨਾ ਤਰਾ ਰਾਜਾ ਨਾ ਆਵੇ ਵੈਸੇ ਚੁੰਡੀ ਚ ਫੜ ਕੇ ਲੈ ਆਉਣਾ ਘਰ ਉਤੋਂ ਹਾਂ ਉਤੋਂ ਕਹਿੰਦਾ ਇਹ ਤੇ ਨਾ ਮੈਂ ਆ ਕੇ ਅੱਦਾਤਾ ਕਰਾਂ ਹਾਂਜੀ ਇਮਾਨਦਾਰ ਮੈਂ ਮੈਂ ਮੂੰਹ ਦੂਏ ਪਾਸੇ ਨੂੰ ਕਰ ਲੈਣਾ ਆਛਾ ਆਪੇ ਅੱਦਾ ਅੱਦਾ ਕਰ ਲੈ ਚਾਚਾ ਬਿਸ਼ਾਰਤ ਉਹ ਫਿਰ ਤਾਂ ਨਹੀਂ ਹੋਣਾ ਪੁੱਤ ਉਹ ਤੇ ਲੈਣਾ ਆ ਰੁਪਈਏ 2 ਰੁਪਈਆ ਖਰਚਨੇ ਪੈਣਾ ਉਹ ਕਿਦਾਂ ਜੀ ਉਹਦੀ ਲਵਾ ਕੇ ਨਾ ਬਸ ਹੋਈ ਅਸਲਾਈ ਵਾਲੀ ਜਾਂ ਤਰਪਾਈ ਵਾਲੀ ਇਹਦੇ ਨਾਲ ਬਖਰੇ ਬਖਰੇ ਕਰਾਂਗੇ ਕਿਉਂਕਿ ਉਹ ਗੱਲਾਂ ਬਹੁਤਾ ਮੇਰੇ ਹੱਲ ਆ ਜਾਣਾ ਚਾਬਲਾ ਸੋਈ ਹੋਣੀ ਜਿੰਨੇ ਵਾਖਤ ਬਰਾਬਰ ਬਰਾਬਰ ਤਾਲੇ ਬਰਾਬਰ ਨਾ ਆਪਣੇ ਕੋਲ ਹੀ ਹੋਣਾ ਉਹ ਸੁਨਿਆਰੇ ਵਾਲੀ ਤਖੜੀ ਨਹੀਂ ਹੁੰਦੀ ਇਹਦੇ ਚ ਜਾਵਾਂਗੇ ਪਤਾ ਨਹੀਂ ਹੁਣ ਡੇਢ ਤੋਲਾ ਤੇਰੇਆ ਲਾਉਂਦਾ ਕਿ ਸਵਾ ਤੋਲਾ ਮੇਰੇਆ ਲਾਉਂਦਾ ਓ ਸਵੇਰੇ ਫਿਰ ਫਜਰ ਵੇਲੇ ਪਤੁਰ ਪੈਨੇ ਆਹ ਛਾਈ ਕਾਲਾ ਫਜਰ ਵੇਲੇ ਆਪਾ ਫਜਰ ਫਜਰ ਵੇਲੇ ਤੁਰਪਵਾ ਕੇ ਆਂ ਈ ਸ਼ਾ ਵੇਲੇ ਨਾ ਆਪਾ ਭਰ ਭਰ ਕੇ ਨਾ ਭਰ ਭਰ ਕੇ ਟੀਲੀਆਂ ਲੈ ਆਵਾਂਗੇ ਫਕੜਾ ਕਰੇ ਬਾਰ ਜ਼ਾਇਆ ਘਟਾਇਆ ਤਰਾ ਪਰ ਆ ਸਾਰਾ ਸਵਾਰ ਵਾਰ ਕੱਟ ਕੇ ਛਟੋ ਆ ਚਾਇ ਦੇ ਆ ਰਾਸ਼ਨ ਘੱਲਿਆ ਆ ਖੋਤੇ ਦਾ ਪੁੱਤਰ ਆ ਬਾਰ ਕਰ ਦੇ ਤੂੰ ਕਿ ਬਾੜ ਚੱਲ ਜਾ ਰਾਸ਼ਨ ਆ ਰਿਹਾ ਸਾਡੇ ਆ ਰਾਸ਼ਨ ਰਾਸ਼ਨ ਆ ਰਿਹਾ ਓ ਸਦਾਂਗਰਾ ਓ ਤੇਰਾ ਬੜਾ தਰਜਾ ਤੇਰਾ ਰਾਸ਼ਨ ਉਥੋਂ ਊਠਾ ਨਹੀਂ ਰੱਖ ਘਾੜ ਦੇ ਓਏ ਊਠਾ ਨਹੀਂ ਕੀ ਕਰਨੀ ਓਏ ਇਹ ਅਰਬੀਆ ਦਾ ਰਾਸ਼ਨ ਆ ਆ